ਪਿਛਲੇ ਲੈਕਚਰ 'ਚ ਜੋ ਆਪਾਂ ਗੱਲ ਕੀਤੀ ਸੀ ਆਪਾਂ ਅੰਦਰੂਨੀ ਕੋਣਾਂ ਦੇ ਜੋੜ ਦੀ ਗੱਲ ਕੀਤੀ ਸੀ ਬਾਹਰੀ ਕੋਣਾਂ ਦੇ ਜੋੜ ਦੀ ਗੱਲ ਕੀਤੀ ਸੀ ਹੁਣ ਆਪਾਂ ਜੋ ਗੱਲ ਕਰਨੀ ਆ ਆਪਾਂ ਕੋਣ ਦੇ ਹਰੇਕ ਮਾਪ ਦੀ ਗੱਲ ਕਰਨੀ ਹੈ ਕਿਉਂਕਿ ਇੱਥੇ ਜਿਹੜਾ ਹੁਣ ਟਾਪਿਕ ਹੈ ਆਪਣਾ ਇਸ ਸਮ ਬਹੁਪੁਜ ਤੇ ਹੈ ਕਿਉਂਕਿ ਤਾਹੀਂ ਆਪਾਂ ਇਕੱਲੇ ਦਾ ਮਾਪ ਖੱਡ ਸਕਦੇ ਹਾਂ ਰੈਗੂਲਰ ਪੋਲੀਗਨ ਤੇ ਹੈ ਜਿਹੜਾ ਟਾਪਿਕ ਹੈ ए करना हम हरेकन का माप संपुज वर्ग आ गया क्योंकि आपको आसानी पता है पर कि पता आसानी छे पुज आसानी माप पता है नहीं पता सारे कौन बराबर है ना यही अपना ਸੰਪੂਜਾ ਨਾ ਜਿਹੜੀਆਂ ਸਾਰੀਆਂ ਭੁਜਾਵਾਂ ਤੇ ਸਾਰੇ ਕੋਣ ਕੀ ਹੋਣ ਬਰਾਬਰ ਹੋਣ ਤਾਂ ਹੁਣ ਜੋ ਆਪਾਂ ਗੱਲ ਕਰਨੀ ਹੈ ਆਪਾਂ ਕੱਲੇ-ਕੱਲੇ ਕੋਣ ਦੇ ਮਾਪ ਦੀ ਗੱਲ ਕਰਨੀ ਹੈ ਇਸ ਤੋਂ ਪਹਿਲਾਂ ਦੇਖੋ ਆਪਾਂ ਕੀ ਕੀਤਾ ਬਹੁਪੁਜ ਕੋਈ ਵੀ ਹੋਵੇ ਕਿਉਂਕਿ ਆਪਾਂ ਸੰਬ ਦੀ ਗੱਲ ਕਰ ਰਹੇ ਤਾਂ ਮੈਂ ਸੰਬ ਲਿਖ ਰਿਹਾ ਸੰਬ ਬਹੁਪੁਜ ਦੇ ਕੋਣਾਂ ਦੇ ਜੋੜ ਜਦੋਂ ਬਹੁਪੁਜ ਵੱਡ ਪਰ ਰਹੇ ਆ ਆਪਾਂ n ਭੁਜ ਦੀ ਗੱਲ ਕਰ ਰਹੇ ਆ ਕਿਉਂਕਿ ਆਪਾਂ ਫਾਰਮੂਲਾ ਡਰਾਈਵ ਕਰ ਰਹੇ ਆ ਕੀ ਸੀ n 2 ਗੁਣਾ 180 ਇਹੀ ਸੀ ਨਾ ਜਿੰਨਾ ਕੋਜ ਹੁੰਦਾ ਸੀ ਆਪਾਂ ਦੋ ਤਿਕੋਣਾਂ ਘਟਾ ਦਿੰਦੇ ਤੇ ਜਦੋਂ ਆਪਾਂ ਬਾਰੀਕ ਕੋਣ ਦੀ ਗੱਲ ਕਰਦੇ ਸੀ ਤੇ ਉਹ ਹਰੇਕ ਵਾਸਤੇ ਕਿੰਨਾ ਸੀ ਬਾਰੀਕ ਕੋਣਾਂ ਦਾ ਜੋੜ ਕਿੰਨਾ ਹੈ 360 ਡਿਗਰੀ ਤਾਂ ਇਹ ਤਾਂ ਹੋ ਗਈ ਗੱਲ ਸਾਰੇ ਕੋਣਾਂ ਦੀ ਪਰ ਆਪਾਂ ਹੁਣ ਜੋ ਗੱਲ ਕਰਨੀ ਐ ਆਪਾਂ ਗੱਲ ਕਰਨੀ ਐ ਕੱਲੇ-ਕੱਲੇ ਮਾਪ ਦੀ ਕੱਲਾ ਮਾਪ ਕੱਢ ਰਹਿ ਕਿਉਂਕਿ ਸਾਰੇ ਕੋਨ ਬਰਾਬਰ ਐ ਆਪਾਂ ਨੂੰ ਪਤਾ ਐ ਤਾਂ ਫੇਰ ਕੋਨ ਦਾ ਮਾਪ ਕਿਦੇ ਕੋਨ ਦਾ ਸੰਭਵ ਪੁੱਜਦੇ ਹੈ ਤਾਂ ਸੰਭਵ ਪੁੱਜੇ ਇੱਕ ਕੋਨ ਦਾ ਮਾਪ ਫਿਰ ਕਿੰਨੀਆਂ ਹੋਗੀਆਂ ਜਿੰਨੀਆਂ ਪੁਝਾ ਮਾਂ ਨੇ ਉਹਦੇ ਨਾਲ ਆਪਾਂ ਕੀ ਕਰਦਾਂਗੇ ਵੰਡ ਕਰਦਾਂਗੇ ਇਹ ਆਪਣੇ ਕੋਲ ਕੀ ਬਣ ਗਿਆ ਦਾ ਫਾਰਮੂਲਾ ਬਣ ਗਿਆ ਜਿੰਝੋੜ बटे ਪੁਜਾਮਾ ਦੀ ਗਿਣਤੀ ਤਾਂ ਕੀ ਬਣ ਗਿਆ ਫਿਰ ਫਾਰਮੂਲਾ ਤਿਕੋਨਾ ਦਾ ਕੋਨਾ ਦਾ ਜੋੜ बटे ਪੁਜਾਮਾ ਦੀ ਗਿਣਤੀ ਇਹ ਆਪਣੇ ਕੋਲੇ ਬਣ ਗਿਆ ਸੇਮ ਚੀਜ਼ ਅਗਰ ਆਪਾਂ ਇੱਥੇ ਗੱਲ ਕਰੀਏ ਸੰਪੂਰਨ ਦੇ ਬਾਹਰੀ ਕੋਨਾਂ ਜੋੜ ਕਿੰਨਾ ਹੋਗਾ 360 ਹੋ ਗਿਆ ਤਾਂ ਹਰੇਕ ਬਾਰੀ ਕੋਣ ਦਾ ਮਾਪ ਕਿੰਨਾ ਹੋ ਗਿਆ ਹਰੇਕ ਬਾਰੀ ਕੋਣ ਦਾ ਜੋ ਮਾਪ ਹੋ ਗਿਆ 360 ਵਟੇ n ਇੱਥੇ ਆਪਾਂ ਕਿਉਂਕਿ ਅੰਦਰੂਨੀ ਦੀ ਗੱਲ ਕਰ ਰਹੇ ਸੀ ਤਾਂ ਉਹਨਾਂ ਦਾ ਜੋੜ ਹੋ ਗਿਆ ਤਾਂ ਫਿਰ ਇੱਥੇ ਕੀ ਹੋ ਗਿਆ ਬਾਰੀ ਕੋਨਾ ਦਾ ਜੋੜ ਵਟੇ ਪੁਜਾਮਾ ਦੀ ਗਿਣਤੀ ਤਾਂ ਇਸ ਤਰੀਕੇ ਦੇ ਨਾਲ ਆਪਾਂ ਕੁਸ਼ਚਨ ਨੂੰ ਹੱਲ ਕਰਾਂਗੇ ਸੋਲਵ ਕਰਾਂਗੇ ਹੁਣ ਆਪਾਂ ਅਗਲੇ ਕੁਐਸਚਨ ਦੀ ਗੱਲ ਕਰਦੇ ਹਾਂ ਇੱਕ ਦੂਸਰੇ ਕੁਐਸਚਨ ਦੀ ਨੈਕਸਟ ਐਕਸਰਸਾਈਜ਼ ਦੀ ਉਸ ਦੇ ਵਿੱਚ ਕੀ ਹੈ ਇੱਕ ਸਮ ਪਪਰਪਸ ਦੇ ਹਰੇਕ ਬਾਰੀ ਕੋਣ ਦਾ ਮਾਪ ਪਤਾ ਕਰਨਾ ਹੈ ਜਿਸ ਦੀਆਂ ਨੋ ਪੁਜਾਵਾਂ ਨੇ ਹਰੇਕ ਬਾਰੀ ਕੋਣ ਦੇਖੋ ਧਿਆਨ ਨਾਲ ਇੱਥੇ ਹਰੇਕ ਬਾਰੀ ਕੋਣ ਕਹਤਾ ਤਹਲ ਬਾਰੀ ਕੋਣ ਦੇ ਮਾਪ ਦਾ ਪਹਿਲਾ ਫਾਰਮੂਲਾ ਦੇਖੋ ਕੀ ਸੀ ਹਰੇਕ ਬਾਰੀ ਕੋਣ ਦੇ ਮਾਪ ਦਾ ਸਿੱਧਾ ਦਾ ਸਿਸਟਮ ਬਾਰੀ ਕੋਨਾਂ ਦਾ ਜੋੜ ਗਿੰਦੇ ਹੁਣ ਬਾਰੀ ਕੋਨਾਂ ਕਿੰਨੇ ਸੀ ਜੋੜ 360 ਗਿਣਤੀ ਕਿੰਨੀ ਹੈ 9 वंडिया? 9 ਚੋਕਾ 36 ਨਾ ਲਾਗੇ 0 ਤਾਂ ਇਹਦਾ ਮਤਲਬ ਹਰੇਕ ਬਾਰੀ ਕੋਨ ਦਾ ਮਾਪ ਕਿੰਨਾ ਆ ਗਿਆ 40 ਡਿਗਰੀ ਸੇਮ ਐਗਜ਼ਾਮਪਲ ਮੈਂ ਲੈ ਰਿਹਾ ਆਪਣੀ ਤਰਫੋਂ ਕਹਿੰਦੇ ਇੱਕ ਸੰਭਾਪੂਰਨ ਹਰੇਕ ਬਾਰੀਕ ਕੋਣ ਦਾ ਮਾਪ ਪਤਾ ਕਰੋ ਜਿਸ ਦੀਆਂ ਕਿੰਨੇ 10 ਪੁਜਾਮਾ ਨੇ ਤਾਂ ਬਾਰੀਕ ਕੋਣ ਦਾ ਮਾਪ ਕਿਸ ਦੇ ਬਰਾਬਰ ਆ ਗਿਆ ਬਾਰੀਕ ਕੋਣਾਂ ਦਾ ਜੋੜ ਵਟੇ ਪੁਜਾਮਾ ਦੀ ਗਿਣਤੀ ਚੋੜ ਜੋੜ ਕਿੰਨਾ ਹੋ ਗਿਆ 360 ਗਿਣਤੀ ਕਿੰਨੀ ਹੋ ਗਈ 10 0 ਨਾਲ 0 ਕੱਟ ਗਿਆ ਦਾ ਮਤਲਬ ਹਰੇਕ ਜਿਹੜਾ 10 ਪੁਜਾ ਹੈ ਸਮ 10 ਪੁਜਾ ਹੈ ਉਹਦੇ ਹਰੇਕ ਬਾਹਰੀ ਕੋਣ ਦਾ ਮਾਪ ਕਿੰਨਾ ਹੋਣਾ ਹੈ 36 ਡਿਗਰੀ ਹੁਣ ਮੈਂ ਉਧਰ ਇੱਕ ਉਦਾਹਰਣ ਲੈ ਰਹੇ ਆ ਆਪਣੇ ਤਰਫੋਂ ਇੱਕ ਸਮ ਬੋਪੁਸ ਦੇ ਹਰੇਕ ਅੰਦਰੂਨੀ ਕੋਣ ਦਾ ਮਾਪ ਦੇਖੋ ਇੱਥੇ ਕੀ ਸੀ ਬਾਹਰੀ ਸੀ ਤਾਂ ਕੀ ਫਾਰਮੂਲਾ ਹੋਇਆ ਬਾਹਰੀ ਦਾ ਜੋੜ ਵਟੇ ਗਿਣਤੀ ਆਪਾਂ ਅੰਦਰੂਨੀ ਦਾ ਪਤਾ ਕਰਨਾ ਹੈ ਤਾਂ ਕੀ ਫਾਰਮੂਲਾ ਹੋਇਆ ਅੰਦਰੂਨੀ ਕੋਣਾਂ ਦਾ ਜੋੜ ਵਟੇ ਗਿਣਤੀ ਦਾ ਮਾਪ ਪਤਾ ਕਰੋ ਜਿਸ ਦੀਆਂ ਪੁਜਾਮਾ ਦੀ ਗਿਣਤੀ ਕੀ ਹੈ 5 ਹੈ ਤਾਂ ਅੰਦਰੂਨੀ ਕੋਣ ਦਾ ਮਾਪ ਕੀ ਫਾਰਮੂਲਾ ਹੋ ਗਿਆ ਅੰਦਰੂਨੀ ਕੋਣਾਂ ਦਾ ਜੋੜ ਵਟੇ ਪੁਜਾਮਾ ਦੀ ਗਿਣਤੀ ਹੁਣ ਇੱਥੇ ਤਾਂ ਆਪਣੇ ਕੋਲ ਸਿੱਧਾ ਸੀ 360 ਤੇ ਅੰਦਰੂਨੀ ਕੋਣ ਦਾ ਪੱਕਾ ਫਾਰਮੂਲਾ ਕੀਤਾ ਹੋਇਆ ਯਾਦ ਕਰੋ n 2 180 ਅਗਰ ਪੰਜ ਪੁਜਾਵਾ ਨੇ ਪੰਜ ਪੁਜਾ ਤੇ ਪੰਜ ਪੁਜ ਦੇ ਵਿੱਚ ਤਿਕੋਣਾ ਕਿੰਨੀਆਂ ਬਣਦੀਆਂ ਸੀ ਤਿੰਨ 5 2 ਇਹੀ ਫਾਰਮੂਲਾ ਸੀ ਨਾ 180 5 ਇਹ ਕੱਟਿਆ ਗਿਆ 5 1 ਕਮ 5 5 3 15 6 5 30 502 ਘਟਾਏ 3 3 36° 36 3 108 ਤਾਂ ਇਹਦਾ ਮਤਲਬ ਪੰਜ ਪੁਜ ਦੇ ਹਰੇਕ ਅੰਦਰੂਨੀ ਕੋਣ ਦਾ ਮਾਪ ਕਿੰਨਾ ਹੋਣਾ ਹੈ 108° ਨੈਕਸਟ ਜੋ ਐਗਜ਼ਾਮਪਲ ਲਈ ਆਪਾਂ ਪੁਜਾਵਾਂ ਕਿੰਨੀਆਂ ਲੈ ਲਈਆਂ 8 ਤਾਂ ਇਹਦਾ ਮਤਲਬ 8 ਪੁਜ ਦੇ ਹਰੇਕ ਅੰਦਰੂਨੀ ਕੋਣ ਦਾ ਮਾਪ ਕੀ ਹੋ ਗਿਆ 8 ਪੁਜ ਦੇ ਅੰਦਰੂਨੀ ਕੋਣਾਂ ਦਾ ਜੋੜ ਵਟੇ ਪੁਜਾ ਮਾਦੀ ਗਿਣਤੀ ਤਾਂ 8 ਪੁੱਸ ਦੇ ਵਿੱਚ ਆਪਾਂ ਕਿੰਨੀਆਂ ਪੁਜਾ ਮਤ ਤੇ ਉਹਨਾਂ ਦੀ ਗੱਲ ਕੀਤੀ ਹੋਇਆ 2 ਘਟਾ ਕੇ 6 ਦੀ 8 2 180 8 6 180 8 ਆਪਾਂ ਕੱਟੀਏ 4 ਤੇ ਗਿਆ 2 4 ਤੇ ਗਿਆ 45 2 3 6 ਦਾ ਇਹਦਾ ਮਤਲਬ 8 ਪੁੰਜ ਦੇ ਹਰੇਕ ਕੋਣ ਦਾ ਜੋ ਮਾਪ ਹੈ ਕੀ ਬਣਿਆ 135 ਇਹਦਾ ਇੱਕ ਆਪਣੇ ਕੋਲ ਆਲਟਰਨੇਟ ਤਰੀਕਾ ਵੀ ਹੈ ਹੋਰ ਮੈਥਡ ਵੀ ਹੈ ਇਹਦੀ ਹੈਲਪ ਨਾਲ ਕਿਵੇਂ ਮੈਂ ਦੱਸਦਾ ਜੋ ਸੌਖਾ ਲੱਗੇ ਤੁਸੀਂ ਕਰਿਓ ਮਤਲਬ ਬਾਹਰੀ ਕੋਣ ਦੀ ਹੈਲਪ ਨਾਲ ਵੀ ਆਪਾਂ ਅੰਦਰونی ਕੋਣ ਨੂੰ ਕੱਟ ਸਕਦੇ ਹਾਂ ਤਾਂ ਬਿਲਕੁਲ ਪੈਰਲਲ ਮੈਂ ਇਹ ਕੁਸ਼ਚਨ ਦੁਬਾਰਾ ਹੱਲ ਕਰ ਰਹੇ ਹਾਂ ਤਾਂ ਕੀ ਕਰਾਂਗੇ ਆਪਾਂ ਪਹਿਲਾਂ ਪੋਰੇ ਆਪਾਂ ਅੰਦਰونی ਕੋਣ ਦਾ ਮਾਪ ਕੱਢੇ ਅਪਾ ਬਾਰੀ ਦਾ ਕੱਢਾਂਗੇ ਕਿਉਂਕਿ ਪੰਜ ਪੁਜਾਵਾਂ ਨੇ ਤਾਂ ਪੰਜ ਪੁਜ ਦੇ ਬਾਰੀ ਕੋਣ ਦਾ ਮਾਪ ਕਿੰਨਾ ਹੋ ਗਿਆ ਬਾਰੀ ਕੋਣਾਂ ਦਾ ਜੋੜ 360 ਵਟੇ ਪੁਜਾਵਾਂ ਦੀ ਗਿਣਤੀ 72 ਡਿਗਰੀ ਤੇ ਇਹ ਹੋ ਗਿਆ ਬਾਰੀ ਕੋਣ ਤਾਂ ਫਿਰ ਅੰਦਰੂਨੀ ਕੋਣ ਕਿਵੇਂ ਨਿਕਲਦਾ ਹੁੰਦਾ ਜਦੋਂ ਬਾਹਰੀ ਨਿਕਲ ਗਿਆ ਕਿਉਂਕਿ ਅੰਦਰੂਨੀ ਤੇ ਬਾਹਰੀ ਹਮੇਸ਼ਾ ਤੇ ਅੰਦਰੂਨੀ ਹੈ ਤਾਂ ਬਾਹਰੀ ਹੈ ਤੇ ਇਹ ਦੋਨੋਂ ਹਮੇਸ਼ਾ ਸਿੱਧੀ ਰੇਖਾ ਦੇ ਹੁੰਦੇ ਨੇ ਬਿਲਕੁਲ ਤੇ ਦੋਹਾਂ ਦਾ ਜੋੜ 180 ਹੁੰਦਾ ਹੈ ਤਾਂ ਫਿਰ ਅੰਦਰੂਨੀ ਕੋਣ ਕਿਹਦੇ ਬਰਾਬਰ ਆਂਦਾ ਹੈ 180 ਦੇ ਵਿੱਚੋਂ ਆਪਾਂ ਕੀ ਕਰਦਾਂਗੇ ਬਾਹਰੀ ਕੋਣ ਘਟਾ ਦਾਂਗੇ ਆਪਣੇ ਕੋਲ ਕਿੰਨਾ ਆ ਜਾਊਗਾ ਅੰਦਰੂਨੀ ਕੋਣ ਤਾਂ ਚੈੱਕ ਕਰ ਸਕਦੇ ਹੋ ਆਨਸਰ ਸੇਮ ਆਊਗਾ ਹੁਣ ਤੁਸੀਂ ਇਸ ਅਕੋਰਡਿੰਗ ਕਰੋ ਤਾਂ ਵੀ ਕੋਈ ਦਿੱਕਤ ਨਹੀਂ ਤੁਸੀਂ ਇਸ ਅਕੋਰਡਿੰਗ ਕਰੋ ਤਾਂ ਵੀ ਕੋਈ ਦਿੱਕਤ ਨਹੀਂ ਇਹ ਉਦਾਹਰਣ ਲੈ ਰਿਹਾ ਮੈਂ ਪੈਰਲ ਅੱਠ ਪੁਜਾ ਤਾਂ ਅੱਠ ਪੁਜ ਦੇ ਬਾਰੀ ਕੋਣ ਦਾ ਮਾਪ ਬਾਰੀ ਕੋਣਾਂ ਦਾ ਜੋੜ 360 ਵਟੇ ਪੁਜਾਮਾਂ ਦੀ ਗਿਣਤੀ 8 ਕੱਟिए 2 ਤੇ ਗਿਆ 4 2 ਤੇ ਗਿਆ 180 2 ਤੇ ਗਿਆ 2 2 ਤੇ ਗਿਆ 90 2 1 2 45 ਦੁਨੀ 90 ਤਾਂ ਇਹਦਾ ਮਤਲਬ ਅੱਠ ਪੁਜ ਦੇ ਹਰੇਕ ਬਾਰੀ ਕੋਣ ਦਾ ਮਾਪ ਕਿੰਨਾ ਆ ਗਿਆ 45 ਤਾਂ ਫਿਰ ਅੰਦਰੂਨੀ ਕੋਣ ਦਾ ਮਾਪ ਕਿੰਨਾ ਹੋ ਗਿਆ 180 ਡਿਗਰੀ ਦੇ ਵਿੱਚੋਂ ਆਪਾਂ ਕੀ ਕਰ ਦਾਂਗੇ 45 ਘਟਾ ਦਾਂਗੇ ਆਪਣੇ ਕੋਲ ਕੀ ਆ ਗਿਆ 135 ਡਿਗਰੀ ਚੈੱਕ ਕਰੋ ਆਨਸਰ ਸੇਮ ਹੈ ਤਾਂ ਇਹ ਤੁਹਾਡੀ ਮਰਜ਼ੀ ਹੈ ਤੁਸੀਂ ਡਾਇਰੈਕਟ ਅੰਦਰੂਨੀ ਕੋਣ ਨੂੰ ਲੈ ਕੇ ਹੱਲ ਕਰ ਲਓ ਨਹੀਂ ਬਾਹਰ ਹੀ ਕੱਢ ਕੇ ਉਹਨੂੰ 180 ਚੋਂ ਘਟਾ ਦਿਓ ਜਿਵੇਂ ਤੁਹਾਨੂੰ ਠੀਕ ਲੱਗਦਾ ਤੁਸੀਂ ਕਰ ਸਕਦੇ ਹੋ ਹੁਣ ਆਪਾਂ ਇੱਕ ਦੋ ਕੁਐਸਚਨਸ ਤੇ ਹੋਰ ਗੱਲ ਕਰਦੇ ਆਂ ਇੱਥੇ ਆਪਾਂ ਉਸ ਤੋਂ ਉਲਟਾ ਚੱਲਣਾ ਉੱਥੇ ਕੀ ਸੀ ਆਪਾਂ ਨੂੰ ਕੋਣ ਦਾ ਪਤਾ ਕਰਨਾ ਸੀ ਅੰਦਰੂਨੀ ਕੋਣ ਦਾ ਮਾਪ ਇਹ ਬਾਹਰੀ ਕੋਣ ਦਾ ਮਾਪ ਤੇ ਪੁਜਾਵਾਂ ਦੀ ਗਿਣਤੀ ਆਪਾਂ ਨੂੰ ਦਿੱਤੀ ਹੋਈ ਸੀ ਇੱਥੇ ਉਲਟਾ ਹੋ ਗਿਆ ਆਪਾਂ ਕੀ ਕਰਨਾ ਹੈ ਗਿਣਤੀ ਪਤਾ ਕਰਨੀ ਹੈ ਪੁਜਾਵਾਂ ਦੀ ਕੋਣ ਦਾ ਮਾਪ ਦਿੱਤਾ ਹੋਇਆ ਪ੍ਰੋਸੈਸ ਉਹੀ ਹੈ ਦੇਖੋ ਉੱਥੇ ਜੋ ਆਪਾਂ ਗੱਲ ਕੀਤੀ ਸੀ ਮੈਂ ਇੱਕ ਫਾਰਮੂਲਾ ਜਰਨਲਾਈਜ਼ ਕਰ ਰਿਹਾ ਹੁਣ ਅੰਦਰੂਨੀ ਕੋਣਾਂ ਦਾ ਜੋੜ ਸਮ ਵਰਪੁਜ ਦੇ ਅੰਦਰੂਨੀ ਕੋਨਾ ਦਾ ਜੋੜ ਕੀ ਸੀ ਆਪਣੇ ਕੋਲੇ n 2 180 ਹੈ ਨਾ ਤੇ ਫਿਰ ਹਰੇਕ ਕੋਣ ਦਾ ਮਾਪ ਕੀ ਆਉਂਦਾ ਆਪਾਂ ਪੁਝਾਵਾ ਦੀ ਗਿਣਤੀ ਨਾਲ ਵੰਡ ਕਰ ਦਿੰਦੇ ਸੇਮ ਆਪਾਂ ਜੇ ਬਾਰੀ ਦੀ ਗੱਲ ਕਰੀਏ ਉਹ ਕਿਸੇ 360 ਤੇ ਜੇ ਆਪਾਂ ਹਰੇਕ ਕੋਣ ਦਾ ਮਾਪ ਕੱਢਣਾ ਹੁੰਦਾ ਆਪਾਂ ਉਹਦੀ ਗਿਣਤੀ ਦੇ ਨਾਲ ਕੀ ਕਰ ਦਿੰਦੇ ਵੰਡ ਕਰ ਦਿੰਦੇ ਸੇਮ ਪ੍ਰੋਸੈਸ ਇੱਥੇ ਚੱਲ ਰਿਹਾ ਹੈ ਕਹਿੰਦੇ ਇੱਕ ਸੰਬੋਪਸ ਦੀਆਂ ਕਿੰਨੇ ਪੁਜਾਮਾ ਹਨ ਪੁਜਾਮਾ ਦੀ ਗਿਣਤੀ ਪਤਾ ਕਰੋ ਜੇਕਰ ਇੱਕ ਬਾਰੀ ਕੋਣ ਦਾ ਮਾਪ ਕਿੰਨਾ ਹੋ ਗਿਆ 72 ਡਿਗਰੀ ਤਾਂ ਗੱਲ ਉੱਥੇ ਚੱਲਣੀ ਹੈ ਤਾਂ ਪੁਜਾਮਾ ਦੀ ਗਿਣਤੀ ਕੀ ਹੋ ਗਈ ਬਾਰੀ ਕੋਣ ਦਾ ਜੋੜ ਬਾਰੀ ਕੋਣਾਂ ਦਾ ਜੋੜ ਵਟੇ ਬਾਰੀ ਕੋਣ ਦਾ ਮਾਪ ਕਿਉਂ ਕਿਉਂਕਿ ਜਦੋਂ ਆਪਾਂ ਜੋੜ ਦੀ ਗੱਲ ਕਰਦੇ ਆ ਤਾਂ ਅਸਲ ਦੇ ਵਿੱਚ ਉਹ ਕਿਦੇ ਬਰਾਬਰ ਹੋ ਜਾਂਦਾ ਜਿੰਨੀਆਂ ਪੁਜਾਮਾਂ ਨੇ ਪੁਜਾਮਾਂ ਦੀ ਗਿਣਤੀ ਗੁਣਾ ਹਰੇਕ ਕੋਣ ਦਾ ਮਾਪ ਕਿਉਂਕਿ ਅਸਲ ਦੇ ਵਿੱਚ ਜਿੰਨੀਆਂ ਪੁਜਾਮਾਂ ਹੁੰਦੀਆਂ ਨੇ ਉਨਾਂ ਹੀ ਆਪਣੇ ਕੋਲੇ ਕੀ ਹੁੰਦੇ ਨੇ ਕੋਣ ਹੁੰਦੇ ਨੇ ਜਿਵੇਂ ਉਦਾਹਰਨ ਦੇ ਤੌਰ ਤੇ ਪੰਜ ਪੁਸ ਦੇ ਵਿੱਚ ਪੰਜ ਕੋਣ ਹੈ ਤਾਂ ਪੁਜਾਮਾ ਵੀ ਕਿੰਨੀਆਂ ਹੋਣਗੀਆਂ ਪੰਜ ਤੇ ਜੇ ਮੈਂ ਟੋਟਲ ਦੀ ਗੱਲ ਕਰੂੰਗਾ ਤੇ ਸਾਰੇ ਇੱਕੋ ਨਾਲ ਦੇ ਆ ਤਾਂ ਪੰਜਾਂ ਦਾ ਜਿਹੜਾ ਮਾਪ ਹੋਗਾ 108 108 108 108 108 ਹੋ ਗਿਆ ਤਾਂ ਫਿਰ ਇਹ ਕੀ ਬਣੂਗਾ 5 ਗੁਣਾ 108 ਤਾਂ ਮਤਲਬ ਪੁਜਾਮਾ ਦੀ ਗਿਣਤੀ ਜਾਂ ਕੋਨਾ ਦੀ ਗਿਣਤੀ ਗੁਣਾ ਹਰੇਕ ਕੋਣ ਦਾ ਮਾਪ ਸੇਮ ਚੀਜ਼ ਇੱਥੇ ਆ ਗਈ ਇੱਕ ਹੀ ਬੰਨਣਾ ਹੈ ਪੂਜਾਮਾ ਦੀ ਗਿਣਤੀ ਜਾਂ ਕੋਨਾਂ ਦੀ ਗਿਣਤੀ guna ਹਰੇਕ ਬਾਰੀ ਕੋਨ ਦਾ ਮਾਪ ਤਾਂ ਪਿਛਲੇ ਜੋ ਪਾਰਟਸ ਆਪਾਂ ਗਲ ਕੀਤੀ ਸੀ ਆਪਾਂ ਕੋਨ ਪਤਾ ਕਰਨਾ ਸੀ ਆਪਾਂ ਇਹਦੇ ਨਾਲ ਵੰਡ ਕਰਤੀ ਹੁਣ ਆਪਾਂ ਆ ਪਤਾ ਕਰਨਾ ਇਹਦੇ ਨਾਲ ਵੰਡ ਕਰਾਂਗੇ ਤਾਂ ਪ੍ਰੋਸੈਸ ਸੇਮ ਹੈ ਜੋੜ ਦੇ ਨਾਲ ਆਪਾਂ ਕੀ ਕਰ ਦੇਣੀ ਆ ਵੰਡ ਕਰ ਦੇਣੀ ਆ ਹੁਣ ਬਾਰੀਕੋਨ ਦਾ ਜੋੜ ਆਪਾਂ ਨੂੰ ਪਤਾ ਹੈ ਕਿੰਨਾ ਹੁੰਦਾ 360 ਹਰੇਕ ਕੋਣ ਦਾ ਮਾਪ ਆਪਾਂ ਨੂੰ ਕੀ ਦਿੱਤਾ 72 ਤਾਂ 72 ਨੂੰ ਇਹਨਾਂ ਨੇ ਵੰਡਿਆ ਕਿੰਨੀਆਂ ਭੁਜਾਵਾਂ ਆ ਗਈਆਂ ਪੰਜ ਆ ਗਈਆਂ ਤਾਂ ਇਹਦਾ ਮਤਲਬ ਜਿਹੜਾ ਉਹ ਬਹੁਭੁਜ ਹੋਊਗਾ ਉਹ ਪੰਜ ਭੁਜਾਵਾਂ ਵਾਲਾ ਹੋਊਗਾ ਜੇ ਨਾਮ ਪੁੱਛਿਆ ਤਾਂ ਕੀ ਨਾਮ ਹੋਣਾ ਉਸਦਾ ਪੰਜ ਭੁਜ ਨਾਮ ਹੋਣਾ ਸੇਮ ਉਦਾਹਰਣ ਅਗਲੀ ਖੋਰ ਲੈ ਰਿਆ ਮੈਂ ਕਹਿੰਦੇ ਜੇ 45 ਡਿਗਰੀ ਹੋਵੇ ਤਾਂ ਭੁਜਾਵਾਂ ਦੀ गिनती किसके बराबर होगी बारीक कोना दा जोड़ बटे बारीक कोण दा माप ਤੇ ਜੋੜ ਕਿੰਨਾ ਹੋ ਗਿਆ 360 মাপ ਕਿੰਨਾ ਹੈ 45 ਡਿਗਰੀ ਇਹਨੂੰ ਆਪਸ ਵੰਡੋਗੇ ਇਹ ਵੰਡ ਕੇ ਕਿੰਨਾ ਆ ਜਾਊਗਾ 8 ਤਾਂ ਇਹਦਾ ਮਤਲਬ ਉਹਦੇ ਪੁਜਾਮਾ ਦੀ ਗਿਣਤੀ ਕੀ ਹੋਣੀ ਹੈ 8 ਹੋਣੀ ਹੈ ਤੇ 8 ਪੁਜ ਉਹਦਾ ਕੀ ਨਾਮ ਹੋਣਾ 8 ਪੁਜ ਹੋਣਾ ਹੈ ਸੇਮ ਆਪਾਂ ਇੱਥੇ ਗੱਲ ਕਰ ਸਕਦੇ ਆ ਆਪਾਂ ਨੂੰ ਬਾਹਰੀ ਕੋਣ ਦਾ ਮਾਪ ਦਿੱਤਾ ਹੋਇਆ 24 ਡਿਗਰੀ ਤਾਂ ਪੁਜਾਮਾ ਦੀ ਗਿਣਤੀ ਕਿਹਦੇ ਬਰਾਬਰ ਹੋਗੀ ਬਾਹਰੀ ਕੋਣਾਂ ਦਾ ਜੋੜ ਮੈਂ ਡਾਇਰੈਕਟ ਲਿਖ ਰਿਹਾ ਵਟੇ ਪੁਜਾਮਾ ਦੀ ਗਿਣਤੀ ਆਪਾਂ ਇਹਨੂੰ ਕੱਟਾਂਗੇ ਵੰਡਾਂਗੇ ਤਾਂ ਇਹ ਕਿੰਨਾ ਆਨਸਰ ਆਜੂਗਾ 15 ਆਨਸਰ ਆਜੂਗਾ ਤਾਂ ਇਹ ਬਣ ਜਾਊਗਾ 15 ਪੁਜ ਤਾਂ ਇਹ ਸੀ ਆਪਣਾ ਇੱਕ 파ਟ ਹੁਣ ਇੱਧਰ ਕੀ ਕੀਤਾ ਇੱਥੇ ਆਪਾਂ ਨੂੰ ਬਾਰੀ ਕੋਣ ਦਿੱਤਾ ਹੈ ਤੇ ਆਪਾਂ ਨੂੰ ਇੱਥੇ ਕੀ ਦਿੱਤਾ ਹੋਇਆ ਹੈ ਅੰਦਰੂਨੀ ਕੋਣ ਤਾਂ ਜਦੋਂ ਬਾਰੀ ਕੋਣ ਸੀ ਤਾਂ ਇੱਥੇ ਬਾਰੀ ਦੇ ਹਿਸਾਬ ਨਾਲ ਫਾਰਮੂਲਾ ਆ ਗਿਆ ਤੇ ਜਦੋਂ ਅੰਦਰੂਨੀ ਹੈ ਤਾਂ ਅੰਦਰੂਨੀ ਦੇ ਹਿਸਾਬ ਨਾਲ ਆ ਜਾਣਾ ਹੈ ਤਾਂ ਫਿਰ ਇੱਥੇ ਕੁਐਸਚਨ ਕੀ ਬਣ ਗਿਆ ਪੁਜਾਮਾ ਦੀ ਗਿਣਤੀ ਕਿਦੇ ਬਰਾਬਰ ਕੋਨਾਂ ਦਾ ਜੋੜ ਵਟੇ ਹਰੇਕ ਕੋਣ ਦਾ ਮਾਪ ਲੇਕਿਨ ਹੁਣ ਇਹਨੂੰ ਹੱਲ ਕਿਵੇਂ ਕਰੋਗੇ ਸਭ ਤੋਂ ਵੱਡਾ ਮਸਲਾ ਇਹ ਆ ਗਿਆ ਇਹ ਹੱਲ ਕਿਵੇਂ ਹੋਊਗਾ ਕੁਐਸਚਨ ਕਾਰਨ ਆਪਾਂ ਨੂੰ ਪੁਜਾਵਾ ਦੀ ਗਿਣਤੀ ਪਤਾ ਨਹੀਂ n ਇੱਥੇ ਆਪਾਂ ਕੀ ਕਰਾਂਗੇ ਫਾਰਮੂਲਾ ਲਿਖਾਂਗੇ n 2 180 ਇਹ ਕਿੰਨਾ ਆ ਗਿਆ बटे ਅੰਦਰੂਨੀ ਕੋਣ ਦਾ ਮਾਪ 100 ਵੀ 90 ਡਿਗਰੀ ਹੈ ਨਾ ਤਾਂ ਫਿਰ ਇਹਨੂੰ ਹੱਲ ਕਿਵੇਂ ਕੀਤਾ ਜਾਊਗਾ ਸਭ ਤੋਂ ਵੱਡਾ ਕੁਸ਼ਣ ਇੱਥੇ ਆ ਗਿਆ ਇਹਨੂੰ ਹੱਲ ਕਰਨ ਦੇ ਲਈ ਦੇਖੋ ਕੀ ਕਰਾਂਗੇ ਆਪਾਂ ਰੇਖੀ ਸਮੀਕਰਨਾਂ ਵਾਲਾ ਟਾਪਿਕ ਕਰ ਚੁੱਕੇ ਹਾਂ ਆਪਾਂ ਉਹਦੇ ਹਿਸਾਬ ਨਾਲ ਹੱਲ ਕਰਾਂਗੇ ਤਾਂ ਮੈਂ ਇੱਧਰ ਇਹਨੂੰ ਹੱਲ ਕਰ ਰਿਹਾ ਤਾਂ ਆਪਣੇ ਕੋਲ ਕੀ ਬਣ ਗਿਆ ਪੂਜਾ ਮਾ ਦੀ ਗਿਣਤੀ n ਕੀ ਦੇ ਬਰਾਬਰ ਆ ਗਈ n 2 180 120 ਪਹਿਲਾਂ ਇਹਨੂੰ ਹੱਲ ਕਰੋ ਜ਼ੀਰੋ ਨਾਲ ਜ਼ੀਰੋ ਗਿਆ 6 3 18 6 2 12 ਤਿਰਛੇ 2 ਦੀ n ਨਾਲ ਗੁਣਾ ਕੀਤੀ 2n 3 ਦੀ n ਨਾਲ ਗੁਣਾ ਕੀਤੀ 3n 3 ਦੀ 2 ਨਾਲ ਗੁਣਾ ਕੀਤੀ 3 2 6 n ਇੱਧਰ ਗਿਆ 3 ਨਾਲ ਇਹ ਰਕਮ ਇੱਧਰ ਗਈ ਤਾਂ ਦੇਖੋ ਕੀ ਬਣ ਗਿਆ 2n 3n -6 2n ਚੋ 3n ਘਟਾਇਆ 1n -6 ਤੋ n ਕਿਤੇ ਬਰਾਬਰ ਆ ਗਿਆ -1 ਕੱਟ ਗਿਆ 6 ਤਾਂ ਪੁਜਾਮਾ ਦੀ ਗਿਣਤੀ ਕਿੰਨੀ ਹੋਗੀ 6 ਯਾ ਤਾਂ ਇਹ ਤਰੀਕਾ ਹੈ ਰੋ ਹੱਲ ਕਰਨ ਦਾ ਮੈਂ ਇੱਕ ਤਰੀਕਾ ਹੋਰ ਦੱਸ ਰਿਹਾ ਜਿਵੇਂ ਆਪਾਂ ਪਿਛਲੇ ਚ ਗੱਲ ਕੀਤੀ ਸੀ ਆਪਾਂ ਬਾਰੀ ਕੋਣ ਤੋਂ ਕੱਢ ਸਕਦੇ ਹਾਂ ਉਹ ਕਿਤੇ ਨਾ ਕਿਤੇ ਥੋੜਾ ਸੌਖਾ ਬਣ ਜਾਂਦਾ ਹੈ ਦੇਖੋ ਆਪਾਂ ਨੂੰ ਕੀ ਦਿੱਤਾ ਹੋਇਆ ਹੈ ਅੰਦਰੂਨੀ ਕੋਣ ਦਾ ਮਾਪ 100 b° ਤਾਂ ਫਿਰ ਬਾਰੀਕ ਕੋਣ ਦਾ ਕਿੰਨਾ ਆ ਗਿਆ ਆਪਾਂ ਨੂੰ ਪਤਾ ਹੈ ਕਿ 180 ਚੋਂ ਘਟਾ ਕੇ ਆਣਾ ਆਪਾਂ ਗੱਲ ਕਰ ਚੁੱਕੇ ਹਾਂ 60° ਤੇ ਇਹ ਬਣ ਗਿਆ ਆਪਣਾ ਪਿਛਲਾ ਕੁਐਸਚਨ ਬਾਰੀਕ ਕੋਣ ਦਾ ਮਾਪ ਆ ਗਿਆ ਕਿਉਂਕਿ ਗਿਣਤੀ ਤਾਂ ਉਨੀ ਹੀ ਰਹਿਣੀ ਹੈ ਤਾਂ ਕੁਝਾਂ ਮਾ ਦੀ ਗਿਣਤੀ ਫਿਰ ਕੀ ਹੋਗੀ ਬਾਰੀਕ ਕੋਣਾਂ ਦਾ ਜੋੜ ਵਟੇ ਬਾਰੀ ਕੋਣ ਦਾ ਮਾਪ ਬਾਰੀ ਕੋਣਾਂ ਦਾ ਜੋੜ ਕਿੰਨਾ ਹੋ ਗਿਆ ਆਪਾਂ ਨੂੰ ਪਤਾ ਹੈ 360 ਬਾਰੀ ਕੋਣ ਦਾ ਮਾਪ ਕਿੰਨਾ ਹੋ ਗਿਆ 60 ਕਟਿਆ ਕਿੰਨਾ ਆਨਸਰ ਆ ਗਿਆ 6 ਤਾਂ 6 ਪੁਜਾਮਾ ਦੀ ਗਿਣਤੀ ਤਾਂ ਆਹ ਕਿਤੇ ਨਾ ਕਿਤੇ ਉਸ ਦੇ ਮੁਕਾਬਲੇ ਥੋੜਾ ਜਿਹਾ ਸੌਖਾ ਹੈ ਕਿ ਕੀਤਾ ਅੰਦਰੂਨੀ ਕੋਣ ਦਿੱਤਾ ਹੋਇਆ ਆਪਾਂ 180 ਚੋਂ ਘਟਾ ਕੇ ਬਾਹਰੀ ਕੋਣ ਕੱਢ ਲਿਆ ਤੇ ਉਦੋਂ ਪਿਛਲਾ ਤਰੀਕਾ ਅਪਣਾ ਲਿਆ ਕਿ ਬਾਹਰੀ ਕੋਣ ਦਾ ਜਿਹੜਾ ਗਿੰਤੀ ਹੈ ਮਾਪ ਹੈ ਉਹ ਐਸਾ ਕੜੀ ਨਿਕਲ ਸਕਦਾ ਹੁਣ ਦੂਸਰਾ ਪਾਰਟ ਦੇਖੋ ਆਪਾਂ ਨੂੰ 140 ਡਿਗਰੀ ਦੇ ਰੱਖਿਆ ਦੂਸਰੇ ਪਾਰਟ ਦੇ ਵਿੱਚ ਇਸੇ ਤਰੀਕੇ ਨਾਲ ਮੈਂ ਇਹਨੂੰ ਕਰ ਰਿਹਾ 140 ਡਿਗਰੀ ਤਾਂ ਫਿਰ ਬਾਰੀ ਕੋਣ ਦਾ ਮਾਪ ਕਿੰਨਾ ਆ ਗਿਆ 180 ਚੋਂ 140 ਘਟਾਏ ਕਿੰਨਾ ਆ ਗਿਆ 40 ਤਾਂ ਪੁਜਾਮਾ ਦੀ ਗਿੰਤੀ ਬਾਰੀ ਕੋਨਾਂ ਦਾ ਜੋੜ ਵਟੇ ਬਾਰੀ ਕੋਨ ਦਾ ਮਾਪ ਤਾਂ ਕਿੰਨਾ ਆ ਗਿਆ 9 ਤਾਂ ਇਹ ਸੀ ਆਪਣੀ ਅੰਦਰੂਨੀ ਕੋਨ ਬਾਰੀ ਕੋਨਾਂ ਦੇ ਜੋੜ ਉਹਨਾਂ ਦੇ ਮਾਪ ਤੇ ਉਹਨਾਂ ਨਾਲ ਸੰਬੰਧਿਤ ਪੂਜਾਵਾ ਦੀ ਗਿਣਤੀ ਦੀ ਤਾਂ ਆਪਾਂ ਜੋ ਗੱਲ ਕੀਤੀ ਹੈ ਬੋਪੁਜ ਪਾਰੇ ਸਭ ਤੋਂ ਪਹਿਲਾਂ ਬੋਪੁਸ ਦੇ ਵਿਕਰਨਾ ਦੀ ਗਿਣਤੀ ਦਾ ਆਪਾਂ ਜੋ ਗੱਲ ਕੀਤੀ ਸੀ बॉपुज के विकरणा की गिनती की कितना सी? एन, एन माइनस तीन वटे दो जिन्ने बोपुज अपने को ले पौजा छे पोज है सत्त पोज है तो एन की है थे जो आप एन दी गल करते हाँ की है अपने कोजाव गिनती ਤਾਂ ਅਗਰ ਉਹ 6 ਪੁਸ ਦੀ ਗੱਲ ਹੋਊਗੀ ਐਨ 6 ਆ ਗਿਆ 7 ਪੁਸ ਦੀ ਗੱਲ ਹੋਣੀ ਹੈ ਐਨ 7 ਆ ਗਿਆ 8 ਪੁਸ ਦੀ ਗੱਲ ਹੋਣੀ ਹੈ 8 ਐਨ 8 ਆ ਗਿਆ ਤਾਂ ਉਸ ਤਰੀਕੇ ਨਾਲ ਆਪਾਂ ਵੀ ਕਰਨਾ ਦੀ ਗਿਣਤੀ ਕੱਢ ਸਕਦੇ ਹਾਂ ਉਦੋਂ ਬਾਅਦ ਜੋ ਆਪਾਂ ਗੱਲ ਕੀਤੀ ਸੀ ਬੋਪੁਸ ਦੇ ਕੋਣਾਂ ਦਾ ਜੋੜ ਬੋਪੁਸ ਦੇ ਕੋਣਾਂ ਦਾ ਜੋੜ ਕੀ ਫਾਰਮੂਲਾ ਆਪਾਂ ਕੀਤਾ ਸੀ ਐਨ 2 180 ਤਾਂ ਫਿਰ ਉਹੀ ਗੱਲ ਐਨ ਉੱਥੇ ਕੀ ਆ ਆਪਣੇ ਕੋਲੇ ਪੁਜਾਮਾ ਦੀ ਗੈਂਟੇ ਤਾਂ ਜਿੰਨੇ ਜਿਹੜੇ ਵੀ ਬਹੁਪੁਜ ਬਣਦੀ ਸੀ ਤਾਂ ਆਪਾਂ ਨੂੰ ਪਤਾ ਸੀ ਉਹਦੇ ਦੋ ਘੱਟ ਤਿਕੋਨਾਂ ਬਣਦੀਆਂ ਨੇ ਅਗਰ ਆਪਾਂ ਇੱਕ ਸਿਖਰ ਤੋਂ ਬਣਾਵਾਂਗੇ ਤਾਂ ਪੰਜ ਪੁਜ ਦੇ ਵਿੱਚ ਤਿੰਨ ਤਿਕੋਨਾਂ ਬਣਦੀਆਂ 3 180 6 ਪੁਜ ਦੇ ਵਿੱਚ ਚਾਰ ਤਿਕੋਨਾਂ ਬਣਦੀਆਂ 4 180 7 ਪੁਜ ਦੇ ਵਿੱਚ ਪੰਜ ਤਿਕੋਨਾਂ ਬਣਦੀਆਂ ਤੇ ਇੱਕ ਆਪਾਂ ਗੱਲ ਕੀਤੀ ਸੀ ਸਮ ਬਹੁਪੁਜ ਦੇ ਹਰੇਕ ਕੋਣ ਦਾ ਮਾ ਤੇ ਉਹ ਆਪਣੇ ਕੋਲ ਕੀ ਹੁੰਦਾ ਸੀ ਬਹੁਪੁਜੇ ਕੋਨਾ ਦਾ ਜੋੜ ਕਿਉਂਕਿ ਕੋਨਾ ਦਾ ਮਤਲਬ ਆਪਾਂ ਕਿਹਾ ਅੰਦਰੂਨੀ ਕੋਣ ਕੋਨਾ ਦਾ ਜੋੜ ਵਟੇ ਪੁਜਾਮਾ ਦੀ ਗਿੰਤੇ ਤਾਂ ਫਿਰ ਇਹਦਾ ਮਤਲਬ ਕੀ ਬਣ ਗਿਆ ਆਪਣੇ ਕੋਲੇ n 2 180 ਵਟੇ ਐਂਡ a ਸੇ ਆਪਣੇ ਕੋਲੇ ਸਮ ਬੋਪਸ ਦੇ ਹਰੇਕ ਕੋਣ ਦਾ ਮਾਪ ਥਰਡ ਜੋ ਆਪਾਂ ਗੱਲ ਕੀਤੀ ਸੀ ਬੋਪਸ ਦੇ ਬਾਰੀ ਕੋਣਾਂ ਦਾ ਜੋੜ 360 ਡਿਗਰੀ ਤਾਂ ਫਿਰ ਸਮ ਬੋਪਸ ਦੇ ਹਰੇਕ ਬਾਰੀ कोण ਦਾ माप ਕੀ ਹੋ ਗਿਆ ਬੌਪਸ ਦੇ ਬਾਰੀ ਕੋਣਾਂ ਦਾ ਜੋੜ ਬਾਰੀ ਕੋਣਾਂ ਦਾ ਜੋੜ ਵਟੇ ਪੂਜਾ ਆਦੀ ਗਿੰਤੇ ਤਾਂ ਬਾਰੀ ਕੋਣਾਂ ਦਾ ਜੋੜ ਆਪਾਂ ਨੂੰ ਪਤਾ 360 ਸੀ ਵਟੇ ਪੁਜਾਮਾ ਦੀ ਗਿਣਤੀ ਐਸੇ ਤਰੀਕੇ ਨਾਲ ਆਪਾਂ ਉਲਟਾ ਚੱਲਦੇ ਸੀ ਜੇ ਆਪਾਂ ਪੁਜਾਮਾ ਦੀ ਗਿਣਤੀ ਘਟਣੀ ਹੁੰਦੀ ਸੀ ਆਪਾਂ ਉਹਨੂੰ ਕੀ ਕਰ ਦਿੰਦੇ ਸੀ ਆਪਾਂ ਵੰਡ ਕਰ ਦਿੰਦੇ ਸੀ ਤੇ ਇਸੇ ਆਪਣੇ ਕੋਲੇ ਬੌਪਸ ਦੇ ਨਾਲ ਸੰਬੰਧਿਤ ਕੁਝ ਕੁ ਰਿਜ਼ਲਟਸ ਕੀ ਕੀ ਹੋਗੇ ਕੋਨਾਂ ਦਾ ਜੋੜ ਹਰੇਕ ਕੋਣ ਦਾ ਮਾਪ ਬਾਰੀ ਕੋਨਾਂ ਦਾ ਜੋੜ ਹਰੇਕ ਬਾਰੀ ਕੋਣ ਦਾ ਮਾਪ ਤਾਂ ਇਹ ਉਲਟਾ ਆਪਾਂ ਜੋ ਬਣਾਉਂਦੇ ਸੀ ਤਾਂ ਪੁਜਾਮਾ ਦੀ ਗਿਣਤੀ ਕਿਹਦੇ ਬਰਾਬਰ ਸੀ ਆਪਾਂ ਇਹਨਾਂ ਦੋਹਾਂ ਨੂੰ ਕੀ ਕਰ ਦਿੰਦੇ ਸੀ ਇੰਟਰਚੇਂਜ ਕਰ ਦਿੰਦੇ ਸੀ ਪੁਜਾਮਾ ਦੀ ਗਿਣਤੀ ਕਿਹਦੇ ਬਰਾਬਰ ਸੀ ਟੋਟਲ ਬਾਹਰੀ ਕੋਣਾਂ ਦਾ ਜੋੜ ਵਟੇ ਹਰੇਕ ਬਾਹਰੀ ਕੋਣ ਦਾ ਮਾਫ ਤਾਂ ਇੱਕ ਟਾਪਾ ਇਹ ਗੱਲ ਕੀਤੀ ਸੀ ਬਹੁਤ ਕੁਝ ਬਾਰੇ ਆਪਾਂ ਇਹਦੀ ਕਿਸਮਾਂ ਤੇ ਗੱਲ ਕੀਤੀ ਸੀ ਉੱਤਲ ਤੇ ਅਵਤਲ ਵਾਰੇ ਤੇ ਦੂਸਰੀ ਆਪਾਂ ਜਿਹੜੀਆਂ ਆਪਣੀਆਂ ਮੇਨ ਚਾਰ ਚਤਰਪੂਜਾ ਨੇ ਆਪਾਂ ਉਸ ਤੇ ਗੱਲ ਕੀਤੀ ਸੀ ਤੇ ਉਸ ਤੇ ਆਪਾਂ ਇੱਕ ਚਾਰਟ ਬਣਾਇਆ ਸੀ ਇੱਕ ਲੇਆਉਟ ਬਣਾਇਆ ਸੀ ਛੋਟਾ ਦਾ ਚਾਰਟ ਬਣਾਇਆ ਸੀ ਕੀ ਚਾਰਟ ਬਣਾਇਆ ਸੀ ਸਭ ਤੋਂ ਪਹਿਲਾਂ ਕੀ ਸੀ ਸਮਾਂਤਰ ਚਤਰਪੂਜ ਜਿਹਦੀਆਂ ਅਮਨੋ ਸਾਹਮਣੇ ਦੀਆਂ ਭੁਜਾਵਾਂ ਕੀ ਹੁੰਦੀਆਂ ਨੇ ਬਰਾਬਰ ਹੁੰਦੀਆਂ ਤੇ ਜਦੋਂ ਇਹਦੀਆਂ ਲਾਗਵੇਆ ਭੁਜਾਵਾਂ ਬਰਾਬਰ ਹੋ ਗਈਆਂ ਉਹ ਕੀ ਬਣ ਗਈ ਸਮ ਚਤਰਪੁਜ ਲਾਗਮਿਆਂ ਪੁਜਾਮਾ ਕੀ ਹੋ ਗਿਆ ਬਰਾਬਰ ਕਿਉਂ ਇਸੇ ਤੋਂ ਨਿਕਲੀ ਹੋਈ ਹੈ ਇਹਨੂੰ ਆਪਾਂ ਸਿੱਧਾ ਕਰਤਾ ਹਰੇਕ ਕੋਣ ਕੀ ਬਣ ਗਿਆ ਦਾ 90 ਬਣ ਗਿਆ ਉਹ ਆਪਣੇ ਕੋਲ ਕੀ ਬਣ ਗਈ ਸੀ ਆਇਤ ਤੇ ਸਮ ਚਤਰਪੁਜ ਨੂੰ ਸਿੱਧਾ ਕਰਤਾ ਹਰੇਕ ਕੋਣ 90 ਦਾ ਕਰਤਾ ਉਹ ਆਪਣੇ ਕੋਲ ਕੀ ਬਣ ਗਿਆ ਸੀ ਵਰਗ ਤਾਂ ਇਹਦਾ ਮਤਲਬ ਹਰੇਕ ਵਰਗ समचतुर्भुज हरेक वर्ग आयत हरेक समांतर है। हरेक आयत समांतर चतुर्भुज तो हरेक वर्ग भी की हो गया समांतर चतुर्भुज एक तो आप दूसरा आप जो डिस्कस किया चतुर्भुज के विकर्ण आपस विच ਸਮ ਦੋਭਾਜਿਤ ਕਰਦੇ ਹਨ ਤੇ ਇੱਥੇ ਫਰਦਰ ਦੋ ਕੇਸ ਸੀ ਕੀ ਕੇਸ ਸੀ ਹੋ ਸਕਦਾ ਵਿਕਰਨ ਬਰਾਬਰ ਹੋਵੇ ਜਾਂ ਬਰਾਬਰ ਨਾ ਹੋਵੇ ਵਿਕਰਨਾ ਦੀ ਗਿਣਤੀ ਹੈ ਨਾ ਇੱਕ ਵਿਕਰਨ ਜਿਹੜਾ ਸਮ ਦੋਭਾਜਿਤ ਕਰਦੇ ਆ ਉਹ ਕਿੱਥੇ ਕਰਦੇ ਆ ਤਾਂ ਇੱਕ ਕੇਸ ਸੀ ਉਹ 90 ਡਿਗਰੀ ਤੇ ਸਮ ਦੋਭਾਜਿਤ ਕਰਦੇ ਹੋਣ ਜੀ ਜੋ ਆਪਣੇ ਕੋਲੇ ਪਾਰਟिकुलर ਕੰਡੀਸ਼ਨ ਸੀ ਹੈ ਨਾ ਇਹ ਦੋ ਹੀ ਸੀ ਨਾ ਹੁਣ ਵਿਕਰਨ ਕਿਤੇ ਬਰਾਬਰ ਹੋਣਗੇ ਜਿੱਥੇ 90 ਡਿਗਰੀ ਦਾ ਕੋਣ ਹੋਊਗਾ ਤੇ 90 ਡਿਗਰੀ ਦਾ ਕੋਣ ਕਿੱਥੇ-ਕਿੱਥੇ ਆਪਨੇ ਕੋਲੇ ਆਇਤ ਤੇ ਵਰਗ ਤਾਂ ਇਹਦਾ ਮਤਲਬ ਆਇਤ ਤੇ ਵਰਗ ਦੇ ਵਿਕਰਨ ਬਰਾਬਰ ਨੇ ਸਮਾਂਤਰ ਤੇ ਸਮਚਤ੍ਰਭੁਜ ਦੇ ਨਹੀਂ ਹੈਗੇ 90 ਡਿਗਰੀ ਤੇ ਕੋਣ ਸੰਦੋਂ ਕਿਹੜੀ ਛਤ੍ਰਭੁਜ ਸੰਦੋਂ ਪਾ ਜਿਤ ਕਰੋਗੀ ਜਿਹਦੀਆਂ ਸਾਰੀਆਂ ਭੁਜਾਵਾਂ ਕੀ ਨੇ ਬਰਾਬਰ ਤੇ ਸਾਰੇ ਪੁਜਾਮਾ ਕਿੱਥੇ ਕਿੱਥੇ ਬਰਾਬਰ ਹੈ ਦੇਖੋ ਆਪਣੇ ਕੋਲੇ ਕਿਹੜੇ ਕਿਹੜੇ ਪਾਰਟਸ ਬਰਾਬਰ ਹੈ ਇੱਕ ਸਮਚਤ੍ਰਪੁਜ ਇੱਕ ਵਰਗ ਤਾਂ ਇਹਦਾ ਮਤਲਬ ਕੀ ਹੋਇਆ ਇਹ ਆਪਣਾ ਸੀ ਸਿਨੈਰੀਓ ਲੇਆਉਟ ਜਿਹਦੇ ਬਿਹਾਫ ਤੇ ਆਪਾਂ ਚਤ੍ਰਪੁਜਾ ਦੀ ਗੱਲ ਕਰਦੇ ਆ ਸਿਰਫ ਇਹ ਲੇਆਉਟ ਨੂੰ ਯਾਦ ਰੱਖੋ ਤੁਹਾਨੂੰ ਅਲੱਗ-ਅਲੱਗ ਯਾਦ ਕਰਨ ਦੀ ਜ਼ਰੂਰਤ ਨਹੀਂ ਹੈਗੀ ਐਸੇ ਦੇ ਵਿੱਚ ਹੀ ਆਪਣਾ ਸਾਰਾ ਚਤ੍ਰਪੁਜਾ ਟੌਪਿਕ 'ਤੇ ਹੈ ਕਿਉਂਕਿ ਇਹ ਜਿਹੜੇ ਤਿੰਨੋਂ ਚਤੁਰਭੁਜਾਂ ਨੇ ਇੱਕ ਇਸ ਤੋਂ ਬਣਿਆ ਨੇ ਸਮਾਂਤਰ ਤੋਂ ਤਾਂ ਇਹਦਾ ਮਤਲਬ ਸਮਾਂਤਰ ਦਾ ਤਾਂ ਇਹਦੇ ਵਿੱਚ ਸਾਰੀਆਂ ਸ਼ਰਤਾਂ ਆਨੀਆਂ ਆਨੀਆਂ ਨੇ ਇਹਨਾਂ ਦੇ ਸਿਰਫ ਇੱਕ ਐਕਸਟਰਾ ਸ਼ਰਤਾਂ ਬਣ ਜਾਂਦੀਆਂ ਨੇ ਕਿ ਕਿਹੜੇ-ਕਿਹੜੇ ਬਣ ਜਾਂਦੀਆਂ ਨੇ ਦੇਖੋ ਇੱਥੇ ਇੱਕ ਤਾਂ ਕੋਣ ਬਣ ਗਿਆ 90 ਦਾ ਦੂਸਰਾ 90 ਡਿਗਰੀ ਦੇ ਕੋਣ ਕਰਕੇ ਵਿਕਰਨ ਕੀ ਹੋਗੇ ਇਹਨਾਂ ਦੇ ਬਰਾਬਰ ਹੈਨਾ ਇੱਥੇ ਕੀ ਹੋ ਗਿਆ ਸਾਰੀਆਂ ਪੁਜਾਮਾਂ ਹੋ ਗਈਆਂ ਬਰਾਬਰ ਬਰਾਬਰ ਹੋ ਗਈਆਂ ਦੂਸਰਾ ਕੀ ਹੋ ਗਿਆ ਸਾਰੀਆਂ ਪੁਝਾਮਾ ਕਰਕੇ ਜੋ ਵਿਕਰਨ ਹੈ ਉਹ 90 ਡਿਗਰੀ ਤੇ ਸਮਦੋਪਾਜਿਤ ਕਰਦੇ ਹਨ ਠੀਕ ਹੁਣ ਇਹਦੀ ਖਾਸੀਅਤ ਕੀ ਹੋ ਗਈ ਇਹਦੀਆਂ ਚਾਰੇ ਪੁਝਾਮਾ ਵੀ ਬਰਾਬਰ ਨੇ ਨਾਲੇ 90 ਡਿਗਰੀ ਵੀ ਹੈ ਸਹੀ ਹੈ ਨਾ ਦੇਖੋ ਚਾਰੇ ਪੁਝਾਮਾ ਬਰਾਬਰ ਨੇ ਤਾਂ ਆ ਸ਼ਰਤਾਂ ਹੋ ਗਈਆਂ ਹਰੇ ਕੋ 90 ਡਿਗਰੀ ਤਾਂ ਆ ਸ਼ਰਤਾਂ ਹੋ ਗਈਆਂ ਤਾਂ ਦੋਨੇ ਸ਼ਰਤਾਂ ਇਹਦੇ ਵਿੱਚ ਕੀ ਹੋ ਗਈਆਂ ਇਕੱਠੀਆਂ ਹੋ ਗਈਆਂ ਕਿਹੜੇ ਕਿਹੜੀਆਂ ਹੋ ਗਈਆਂ ਇੱਕ ਤਾਂ ਵਿਕਰਨ ਬਰਾਬਰ ਹੋਗੇ ਵਿਕਰਨ ਬਰਾਬਰ ਹੋਗੇ ਨੰਬਰ 2 ਜਿਹੜੇ ਵਿਕਰਨ ਹੈ ਉਹ 90 ਡਿਗਰੀ ਤੇ ਕੀ ਕਰਦੇ ਨੇ ਸਮਦੋਪਾਜਿਤ ਕਰਦੇ ਨੇ ਤਾਂ ਆਪਣੇ ਕੋਲੇ ਇੱਕ ਆਹ ਲੈਆਉਟ ਬਣਿਆ ਜੋ ਸੀਟ ਬਣੀ ਹੈ ਦੇਖੋ ਇਹਦੇ ਵਿੱਚ ਹੀ ਸਾਰਾ ਕੁਝ ਹੈ ਹੁਣ ਆ ਸਿਰਫ ਇੱਕ ਡਾਇਗਰਾਮ ਤੇ ਇੱਕ ਫਲੋ ਚਾਰਟ ਦੇ ਨਾਲ ਆਪਣੇ ਕੋਲੇ ਫੁੱਲ ਚਤਰਪੁਰ ਦੀ ਇਨਫੋਰਮੇਸ਼ਨ ਆ ਗਈ ਕਿਉਂਕਿ ਜੋ ਸ਼ਰਤਾਂ ਇਹਦੀਆਂ ਨੇ ਉਹ ਇਹਦੀਆਂ ਹੋ ਗਈਆਂ ਤਾਂ ਹਰੇਕ ਵਰਗ ਆਇਤ ਹਰੇਕ ਵਰਗ ਸਮ ਚਤਰਪੁਰ ਹਰੇਕ ਵਰਗ ਕੀ ਹੋ ਗਈ ਸਮਾਂਤਰ ਚਤਰਪੁਰ ਹੋ ਗਈ ਤੇ ਇਹਨਾਂ ਦੀਆਂ ਆ ਕੀ ਹੋ ਗਈਆਂ ਸ਼ਰਤਾਂ ਹੋ ਗਈਆਂ ਇੱਕ ਆਪਾਂ ਜੋ ਗੱਲ ਕੀਤੀ ਸੀ ਇਹਨਾਂ ਦੀ ਉਹ ਗੱਲ ਕੀਤੀ ਸੀ ਕੋਨਾਂ ਦੇ ਸੰਬੰਧ ਦੇ ਵਿੱਚ ਕੋਨਾਂ ਦੇ ਸੰਬੰਧ ਦੇ ਵਿੱਚ ਕੀ ਗੱਲ ਕੀਤੀ ਸੀ समांतर दे, सन्मुख कौन बराबर होंगे पहली शर्त सम सन्मुख आए दे बराबर आए दे बराबर ठीक नंबर दो समांांतर चतुरभुज के ਲਾਗਵੇਂ ਕੋਣਾਂ ਦਾ ਜੋੜ 180 ਹੁੰਦਾ ਹੈ। ਤੇ ਇੱਕ ਆਪਾਂ ਗੱਲ ਕੀਤੀ ਸੀ ਇਹ ਇਹ 180 a a 180 a a 180 a a 180 ਹੁਣ ਚਾਰਾ ਚਤਰਪੁਜਾ ਦੇ ਵਿੱਚ ਦੇਖੋ ਇਹਨਾਂ ਦੇ ਤਾਂ ਚਾਰੋਂ ਕੋਣ ਕੀ ਹੋਗੇ 90 ਹੋਗੇ ਇਹਨਾਂ ਦਾ ਸਮੱਸਿਆ ਤਾਂ ਆਪਣੀ ਹੋਗੀ ਹੱਲ ਇਹਨਾਂ ਦੀ ਚਾਰੇ ਕੀ ਹੋਗੇ 90 ਹੋ ਗਏ ਇਸ ਵਸਿਆ ਵੀ ਹੱਲ ਹੋ ਗਈ ਹੁਣ ਇਹ ਇੱਥੇ ਕੀ ਹੈ ਕੋਣ ਬਾਰੇ ਨਹੀਂ ਪਤਾ ਤਾਂ ਇਹਦੇ ਸੇਮ ਸ਼ਰਤ ਆਜੂ ਆਹ ਕੋਣ ਇਹਦੇ ਬਰਾਬਰ ਆਜੂ ਆਹ ਕੋਣ ਕੀ ਹੋ ਗਿਆ ਇਹਦੇ ਬਰਾਬਰ ਹੋ ਗਿਆ ਤਾਂ ਇਹ ਸੀ ਆਪਣੀਆਂ ਚਾਰ ਚਤਰਪੁਜਾ ਜਿਸ ਤੇ ਆਪਾਂ ਗੱਲ ਕਰਦੇ ਆਂ ਤੇ ਅੱਜ ਆਪਾਂਸ ਕੀਤੀ ਹੈ ਇੱਕ ਵਾਰ ਐਕਸਟਰਾ ਗੱਲ ਹੋਰ ਦੱਸ ਰਿਹਾ ਛੋਟੀ ਜੀ ਆਪਣੇ ਕੋਲੇ ਇੱਕ ਚਤਰਪੁਜ ਦੀ ਹੋਰ ਟਾਈਪ ਹੈ ਜੋ ਪਿਛਲੇ ਲੈਕਚਰਾਂ ਦੇ ਵਿੱਚ ਮੈਂ ਨਹੀਂ ਗੱਲ ਕੀਤੀ ਉਹ ਹੈਗੀ ਹੈ ਸਮਲਮ ਚਤਰਪੁਜ ਟ੍ਰੈਪੀਜ਼ੀਅਮ ਸੰਮਲੰ ਚਤਰਪੁਛ ਟ੍ਰੈਪੀਜ਼ੀਅਮ ਇਹ ਕੀ ਹੁੰਦਾ ਹੈ ਉਹ ਚਤਰਪੁਛ ਜਿਸ ਦਾ ਇੱਕ ਜੋੜਾ ਸਿਰਫ ਇੱਕ ਜੋੜਾ ਪੁਜਾਵਾਂ ਦਾ ਸਮੰਤਰ ਹੋਵੇ ਉਹਨੂੰ ਕੀ ਬੋਲਦੇ ਆ ਸੰਮਲੰ समलंब है समलंब है दूजे बारे कुछ नहीं पता तो यह होंगी क्वेश्चन, ए बंद है इस क्वेश्चन की आने ने? तो नुआ कौन देता मैं क्वेश्चन ले एक ए बी सी डी एक समलम चतुर्भुज है जो अपने क्वेश्चन पे है ए बी सी डी एक समलम चतुर्भुज है कौन डी 80 ਡਿਗਰੀ ਤੇ ਕੋਣ ਸੀ 70 ਡਿਗਰੀ ਹੈ ਕੋਣ A ਅਤੇ B ਪਤਾ ਕਰੋ ਹੁਣ ਕਿਉਂਕਿ ਇਹ ਸਮੰਤਰ ਰੇਖਾਵਾਂ ਨੇ ਆਪਾਂ ਦਿੱਤਾ ਹੈ AB ਸਮੰਤਰ CD ਤਾਂ ਇਹਦਾ ਮਤਲਬ ਇਹਨਾਂ ਦੋਹਾਂ ਦਾ ਜੋੜ ਲਾਗਵੇਂ ਜਿਹੜੇ ਉਪ ਕੋਣ ਹੈ ਇਹਨਾਂ ਦਾ ਦੋਹਾਂ ਦਾ ਜੋੜ ਕਿੰਨਾ ਹੋ ਗਿਆ 180 ए बारे नहीं पता डी दे 80, अस्सी उधर गया कादा हो गया माइनस का कि आ गया सौ सेम क्योंकि समांतर रेखा है ते सी कि हो गया एक सौ अस्सी सी हो गया सत्तर दे रखे हैं सत्तर इधर गया माइनस का हो गया ਤੇ ਇਹ ਹੋ ਗਿਆ 110 ਤਾਂ ਇਹ ਸੀ ਆਪਣੇ ਕੋਲੇ 3rd ਚੈਪਟਰ ਚਤਰਪੂਜਾ ਨੂੰ ਸਮਝਣਾ